ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਖੁਸ਼ਮੈਕ ਜੋ ਸਵਾਗਤ ਕਰਦੀ ਤੁਹਾਡੇ ਆਪਣੇ ਚੈਨਲ ਰੰਗਲਾ ਪੰਜਾਬ ਗੰਗਸਰ ਦੇ ਉੱਪਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੀ ਹੋਵੋਗੇ। ਸੋ ਬਾਕੀ ਜਿਹੜੀ ਕਲੀਨਿੰਗ ਆਪਣੀ ਹੋ ਚੁੱਕੀ ਸੀ ਸਾਰੇ ਘਰ ਦੀ ਹੋ ਚੁੱਕੀ ਆ ਤੇ ਹੁਣ ਵਾਰੀ ਆਈ ਹੈ ਜੀ ਬਾਥਰੂਮ ਦੀ ਤੇ ਇਹ ਆਪਾਂ ਸਾਰਾ ਸਾਫ਼ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਦੱਸਾਂਗੇ ਵੀ ਕਿਹੜਾ ਕਿਹੜਾ ਆਪਾਂ ਡਿਟਰਜੈਂਟ ਜਾਂ ਫਿਰ ਕੋਈ ਵੀ ਕਲੀਨਿੰਗ ਪਾਊਡਰ ਜਿਹੜਾ ਯੂਜ਼ ਕਰਦੇ ਆ। ਸੋ ਚਲੋ ਜੀ ਹੁਣ ਆਪਾਂ ਜਿਹੜੀ ਵਲੌਗ ਆ ਸਟਾਰਟ ਕਰਦੇ ਆ। मेरे वालों सारे प्यार भरी सत श्रीकाल, मैं सरबजीत कौर, मेरे चैनल रंगला पंजाब गंगसर विच तुहाडा स्वागत है। ते अज थानू मैं एक ना दस दिता कि बाथरूम साफ करना बस लास्ट ही रहेगा, बाकी सारे हो गए। ये भी थोड़ा जहा गंदा इस करके हो गया क्योंकि मैं थोड़ा जहा बिजी सी करके असी साफ नहीं किया। नहीं साडा बाथरूम स्पैशल करने की लोड़ नहीं पैंदी कि डेली साफ ही हुंदा है, क्योंकि फाजी साहब का हरेक नूं आर्डर लाया है भी जिहड़ा भी ना होगा उस तों बाद वैपर जरूर बाथरूम च मारूगा, जिहड़ा ना मार के गया उहनूं गाला, इस करके कदे भी गंदा नहीं होया, हमेशा साफ ही हुंदा। ते माड़ा मोटा जिहड़े कि आसे पासे आ रहे ये मैं साफ करती रहनी हाँ। ते ऐतकी थोड़ा जिहा मैं खलवाड़ी नूं साफ करना ही आ, थोड़ी जिहा आ गई नहीं गल ही करदी, थोड़ा जिहा बिजी भी सी। ते चलो सब तों पहलां ये विंडो साफ करनी आ। ਇਹ ਹੈ ਜੀ ਬਾਥਰੂਮ ਸਾਫ ਕਰਨ ਵਾਸਤੇ ਮੱਛਰਦਾਨੀ ਦੀ ਤਿੰਨ ਚਾਰ ਦਹਾਂ ਲੈ ਕੇ ਸੇਨਾ ਮਾਰ ਕੇ ਮੈਂ ਖੁਦ ਬਣਾਇਆ। ਇਹਦੇ ਨਾਲ ਕਟੈਲਾਂ ਬਹੁਤ ਵਧੀਆ ਸਾਫ ਹੁੰਦੀਆਂ। ਇਹ ਮੱਛਰਦਾਨੀ ਦਾ ਇੱਕ ਟੋਟਾ ਮੀਟਰ ਦਾ ਲੈ ਕੇ ਆਉਂਦਾ ਸੀਗਾ, ਜਿਹਦੇ ਨਾਲ ਮੈਂ ਇੱਕ ਕਿਚਨ ਚ ਰੱਖਿਆ ਹੋਇਆ ਸਿੰਕ ਸਾਫ ਕਰਨ ਵਾਸਤੇ, ਇੱਕ ਉਧਰਲੇ ਬਾਥਰੂਮ ਚ, ਇੱਕ ਇਧਰਲੇ ਚ, ਇੱਕ ਮੈਂ ਬਰਤਨ ਸਾਫ ਕਰਨ ਵਾਸਤੇ ਵੀ ਇਹੀ ਲਾਉਣੀ ਆ। ਮੈਂ ਕਦੇ ਬਾਜ਼ਾਰੋਂ ਸਪੈਸ਼ਲ ਬਰਤਨ ਸਾਫ ਕਰਨ ਵਾਸਤੇ ਕੋਈ ਵੀ ਚੀਜ਼ ਨਹੀਂ ਲੈ ਕੇ, ਘਰੇਲੂ ਕੰਮ ਹੀ ਚੱਲਦਾ ਮੇਰਾ ਸੈਂਪਲ ਹੀ। ਹੁਣ ਆਪਾਂ ਟੈਲਾਂ ਸਾਫ ਕਰਾਂਗੇ ਇਹਦੇ ਨਾਲ ਹਾਰਬਿਕ ਰੈਡ ਵਾਲਾ, ਮੈਂ ਇਹਦੇ ਨਾਲ ਸਾਫ ਕਰਦੀ ਹਾਂ, ਕਦੇ ਵੀ ਮੈਂ ਸਰਫ ਨਾਲ ਨਹੀਂ ਕੀਤੀਆਂ ਕਿਉਂਕਿ ਉਹਨਾਂ ਨੇ ਜਦੋਂ ਟੈਲਾਂ ਲਈਆਂ ਅਸੀਂ ਕਿਹਾ ਸੀ ਕਿ ਜਦੋਂ ਸਰਫ ਲਾਵਾਂਗੇ ਨਾ ਤੇ ਬਾਅਦ ਵਿੱਚ ਚਿੱਟੀਆਂ ਚਿੱਟੀਆਂ ਦਿਸਣਗੀਆਂ ਜਿਵੇਂ ਲਾਈਨਾਂ ਜਿਹੀਆਂ ਵਗੀਆਂ ਹੁੰਦੀਆਂ। ਤੇ ਮੈਂ ਇੱਕ ਵਾਰ ਕਰ ਵੀ ਲਈਆਂ ਸੀ ਤੇ ਉਹ ਉਵੇਂ ਹੀ ਲੱਗਦੀਆਂ ਸੀ ਜਿਵੇਂ ਬਾਅਦ ਵਿੱਚ ਸੁੱਕ ਗਿਆ ਤੇ ਲਾਈਨਾਂ ਜਿਹੀਆਂ, ਲਕੀਰਾਂ ਵੀ ਉਵੇਂ ਦਿਸਦੀਆਂ ਸੀ। ਫਿਰ ਉਸ ਤੋਂ ਬਾਅਦ ਮੈਂ ਸਾਫ ਨਹੀਂ ਕੀਤਾ, ਇਹਦੇ ਨਾਲ ਵੀ ਸਾਫ ਕਰਦੀ ਹਾਂ ਕਿਉਂਕਿ ਜਿੱਥੋਂ ਆਪਾਂ ਟਾਇਲ ਲਈ ਸੀ ਪੱਥਰ ਵਗੈਰਾ ਸਾਰਾ ਲਿਆ ਸੀਗਾ, ਫੌਜੀ ਸਾਹਿਬ ਦੇ ਭੂਆ ਜੀ ਦੇ ਬੇਟੇ ਆ, ਉਹਨਾਂ ਦਾ ਆਪਦਾ ਕੰਮ ਸੀਗਾ ਤੇ ਉਹਨਾਂ ਨੇ ਮੈਨੂੰ ਸਾਨੂੰ ਦੱਸਿਆ ਸੀਗਾ ਵੀ ਕੋਈ ਵੀ ਚੀਜ਼ ਜਿਹੜੀ ਚੀਜ਼ ਇਸ ਤਰ੍ਹਾਂ ਇਸਤੇਮਾਲ ਕਰਨਾ, ਟਾਇਲਾਂ ਨੂੰ ਇਹਦੇ ਨਾਲ ਸਾਫ਼ ਕਰਨਾ, ਪੱਥਰ ਨੂੰ ਇਹਦੇ ਨਾਲ ਸਾਫ਼ ਕਰਨਾ ਤੇ ਕਦੇ ਵੀ ਖਰਾਬ ਨਹੀਂ ਹੁੰਦਾ।
सो चलो जी वीडियो के एंड मैं इतनी कर दी हूँ, बस मैं थोड़ा थोड़ी जी क्लिप्स ऐड की ने दिलजोत दियाँ, दिवाली दिन आए थे मामे अर्गे तो उन्हों की वीडियोज़ आ जिड़िया दिलजोत पिक्स वो सीगियाँ। वीडियो तो असी नहीं रिकॉर्ड की क्योंकि उन्होंने काम सीगा घर इस करके जल्दी सी। सो बस जो पिक्स है मैं ऐड करके थोड़ा वीडियो शेयर कर रही हूँ, उम्मीद कर रही थोड़ा वीडियो वधिया लगी होगी। तो जे वधिया लगी है तो लाइक शेयर कमेंट करके जरूर दस्यो, तो इस चैनल पर नवे हो तो चैनल सबसक्राइब जरूर कर दियो। थैंक यू फॉर वॉचिंग, कीप सपोर्टिंग। हैप्पी दिवाली इन एडवांस टू ऑल ऑफ माई यूट्यूब फैमिली। थैंक यू।